Благ тоді. Тан тан Сирі Гуру Гранд Сахіб Махараж Сахіб Саче Патшах Ji де Павн Хазурі Вич Джуд Бейтхе Сарбат Май Пай Сатсанг Jiyo Фати Арж Кар Реха Ха Фати Да Jawab Фати Вич Дев Акхо Ji Вахгуру Ji Ка Халса Вахгуру Ji Ki Фати Садгур Саче Патшах Ji Ди Кирпа Мер Хої Хай Жо Ке Іс Вакт ਗੁਰੂ ਕੀ ਸੰਗਤ ਬਹੁਤ ਹੀ ਇਕਾਗਰਤਾ ਸਹਿਤ ਆਪਣੇ ਵਡਮੁੱਲੇ ਇਤਿਹਾਸ ਤੋਂ ਜਾਣੂ ਹੋ ਰਹੀ ਹੈ। ਕਥਾ ਕੀਰਤਨ ਦੇ ਰਾਹੀਂ ਬਹੁਤ ਹੀ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਹਰੇਕ ਬੰਦਾ ਇਸ ਗੱਲ ਤੋਂ ਚਿੰਤਾਤੁਰ ਹੈ ਕਿ ਕਿਸੇ ਤਰੀਕੇ ਨਾਲ ਵੀ ਸਾਡੀ ਆਉਣ ਵਾਲੀ ਪੀੜ੍ਹੀ ਨੌਜਵਾਨ ਬੱਚੇ ਆਪਣੇ ਗੁਰੂ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਔਰ ਉਸ ਯਤਨ ਨੂੰ ਸਫਲਤਾ ਵੱਲ ਲੈ ਕੇ ਜਾ ਰਹੇ ਹਨ। ਸਾਡੇ ਸਤਿਕਾਰਯੋਗ ਕਮੇਟੀ ਮੈਂਬਰ ਔਰ ਸਾਡੇ ਯੋਗ ਅਗਵਾਈ ਕਰਨ ਵਾਲੇ ਸਾਡੇ ਵੱਡੇ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਹੀ ਇਸੇ ਕਰਕੇ ਭੇਜਿਆ ਭਈ ਤੁਸੀਂ ਜਾ ਕੇ ਚੰਗੇ ਤੋਂ ਚੰਗੀ ਡਿਊਟੀ ਨਿਭਾ ਸਕੋ, ਤੋ ਆਪ ਉਸੇ ਲੜੀ ਦੇ ਦੌਰਾਨ ਇੱਥੇ ਆਪਣੇ ਵੱਡਿਆਂ ਵਡੇਰਿਆਂ ਦਾ ਯੋਧਿਆਂ ਦਾ ਇਤਿਹਾਸ ਸਰਵਣ ਕਰ ਰਹੇ ਸੀ। ਮੈਂ ਤਾਂ ਇੱਕੋ ਹੀ ਬੇਨਤੀ ਕਰਕੇ ਫਿਰ ਕੀਰਤਨ ਦੀ ਰਮਤਾ ਕਰ ਰਿਹਾ ਹਾਂ। ਹਰੇਕ ਧਰਮ ਦਾ ਆਪਣਾ ਆਪਣਾ ਅਸੂਲ ਹੈ ਸ਼ਰਧਾਂਜਲੀ ਭੇਟ ਕਰਨ ਦਾ, ਜਿਨ੍ਹਾਂ ਦੇ ਵਿੱਚ ਗੋਰੇ ਥੋੜ੍ਹੀ ਜਿਹੀ ਆਵਾਜ਼ ਕਰਿਓ ਜੀ, ਗੋਰੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕਰਦੇ ਹਨ। ਸ਼ਰਧਾਂਜਲੀ ਸ਼ਰਧਾ ਅਰਪਣ ਕਰਨੀ, ਇਸੇ ਤਰ੍ਹਾਂ ਜਦੋਂ ਕੋਈ ਲੀਡਰ ਚੜ੍ਹਾਈ ਕਰ ਜਾਂਦਾ ਉਹਦੇ ਪਿੱਛੋਂ ਜਿਹੜੇ ਲੀਡਰ ਹੁੰਦੇ ਨੇ ਉਹ ਆਪਣੇ ਹੱਥਾਂ ਦੇ ਨਾਲ ਫੁੱਲ ਫੜ ਕੇ ਫੋਟੋ 'ਤੇ ਪਾ ਕੇ ਉਹ ਵੀ ਸ਼ਰਧਾ ਅਰਪਣ ਕਰਦੇ ਹਨ, ਸ਼ਰਧਾਂਜਲੀ ਭੇਟ ਕਰਦੇ ਹਨ। ਅਸੀਂ ਆਪਣੇ ਯੋਧਿਆਂ ਦੀ ਗਾਥਾ ਸਰਵਣ ਕਰ ਰਹੇ ਹਾਂ, ਅਸੀਂ ਵੀ ਆਪਣੀ ਸ਼ਰਧਾ ਭੇਟ ਕਰ ਰਹੇ ਹਾਂ, ਪਰ ਅੱਜ ਆਪਾਂ ਨੂੰ ਵੀ ਜਿਵੇਂ ਗੋਰੇ 2 ਮਿੰਟ ਦਾ ਮੌਨ ਰੱਖ ਕੇ ਕੀ ਕਰਦੇ ਹਨ, ਜਿਹਦੇ ਵਾਸਤੇ ਮੌਨ ਰੱਖਿਆ ਹੁੰਦਾ ਉਹਦੇ ਬਾਰੇ ਕੁਝ ਚੰਗਾ ਸੋਚਣਾ, ਉਹਦੇ ਬਾਰੇ ਉਹ ਤੋਂ ਕੁਝ ਸੇਧ ਲੈਣੀ। ਆਈਡੀਆ ਬੁਰਾ ਨਹੀਂ ਹੈ, ਕਿਸੇ ਤੋਂ ਵੀ ਮਿਲੇ ਚੰਗਾ, ਅਤੇ ਮੇਰਾ ਮਨ ਇਹ ਆ ਵੀ ਆਪਾਂ 2 ਮਿੰਟ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਵਾਸਤੇ ਚੰਗਾ ਕੀ ਸੋਚ ਸਕਦੇ ਹਾਂ, ਇਹੋ ਹੀ ਹੈ ਵੀ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰ ਦਈਏ, ਸਾਰੇ ਜਾਣੇ ਕਰ ਦਈਏ, ਕੋਈ ਰਸਨਾ ਖਾਲੀ ਨਾ ਰਹੇ। ਅਸੀਂ ਇੱਥੋਂ ਆਵਾਜ਼ ਦਾਂਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ, ਅਤੇ ਆਪ ਜੀ ਨੇ ਅੱਗੋਂ ਭਰਪੂਰ ਆਵਾਜ਼ ਦੇ ਵਿੱਚ ਜਵਾਬ ਦੇਣਾ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਵਾਹਿਗੁਰੂ ਇਹਦੋਂ ਚੰਗੀ ਸ਼ਰਧਾਂਜਲੀ ਕੋਈ ਹੋਰ ਹੋ ਨਹੀਂ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਇਹ ਸਮਾਂ ਬਣਾਇਆ ਹੈ ਕਿ ਅਸੀਂ ਸੰਗਤ ਵਿੱਚ ਬੈਠੇ ਹਾਂ। ਇੱਥੋਂ ਤੱਕ ਲਿਖਿਆ ਮਿਲਦਾ ਹਾਂ, ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ। ਜਵਾਬ ਆਇਆ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ। ਗੁਰੂ ਦਾ ਰੂਪ ਸੰਗਤ, ਬਾਹਰ ਕੋਈ ਤੁਰਿਆ ਫਿਰਦਾ ਹੋਵੇ ਤਾਂ ਕੋਈ ਕਿਸੇ ਰਾਜਨੈਤਿਕ ਪਾਰਟੀ ਦਾ ਬੰਦਾ ਹੋ ਸਕਦਾ, ਕੋਈ ਬਿਜ਼ਨਸਮੈਨ ਹੋ ਸਕਦਾ। ਬਾਹਰ ਕਿਸੇ ਨੂੰ ਅਸੀਂ ਚੰਗੀ ਜਾਂ ਮਾੜੀ ਨਿਗਾਹ ਨਾਲ ਵੇਖ ਸਕਦੇ ਹਾਂ ਬੰਦੇ ਨੂੰ, ਪਰ ਜਦੋਂ ਇੱਥੇ ਬੈਠਾ ਹੋਵੇ ਉਹ ਗੁਰੂ ਦਾ ਰੂਪ ਹੋ ਜਾਂਦਾ। ਨਾ ਉਹ ਕੋਈ ਰਾਜਨੈਤਿਕ ਪਾਰਟੀ ਦਾ ਬੰਦਾ ਰਹਿ ਜਾਂਦਾ, ਨਾ ਕੋਈ ਬਿਜ਼ਨਸਮੈਨ ਰਹਿ ਜਾਂਦਾ, ਨਾ ਚੰਗਾ ਮਾੜਾ ਇਨਸਾਨ ਰਹਿ ਜਾਂਦਾ। ਉਹ ਗੁਰੂ ਦੀ ਸੰਗਤ ਦਾ ਦਰਜਾ ਪ੍ਰਾਪਤ ਕਰਕੇ ਗੁਰੂ ਦਾ ਰੂਪ ਹੋ ਜਾਂਦਾ। ਤੋ ਇਸ ਵਕਤ ਤੁਹਾਨੂੰ ਗੁਰੂ ਨੇ ਬਖਸ਼ਿਸ਼ ਕਰਕੇ ਇਹ ਪਦਵੀ ਦਿੱਤੀ ਹੈ, ਸੋ ਤੁਸੀਂ ਉਹਦਾ ਭਰਪੂਰ ਲਾਹਾ ਲੈ ਰਹੇ ਹੋ। ਆਓ ਹੁਣ ਪਹਿਲਾ ਸ਼ਬਦ, ਜਿਸ ਤਰ੍ਹਾਂ ਭਾਈ ਸਾਹਿਬ ਜੀ ਹੁਣਾਂ ਨੇ ਦੱਸਿਆ, ਵੀ ਰਾਗ ਦੇ ਵਿੱਚ ਗਾਇਨ ਕਰਾਂਗੇ। ਸ਼ਬਦ ਹੈ ਸੂਰਾ। ਸੋ ਸੂਰਾ ਹੁੰਦਾ ਹੀ ਉਹ ਹੈ, ਸੂਰਮੇ ਦੀ ਪਹਿਚਾਣ ਹੀ ਹੁੰਦੀ ਹੈ ਕੀ ਜੀ, ਜੋ ਲੜੈ ਦੀਨ ਕੇ ਹਿੱਤ, ਜਿਹਦੀ ਲੜਾਈ ਧਰਮ ਵਾਸਤੇ, ਦੀਨ ਵਾਸਤੇ, ਸੱਚਾਈ ਵਾਸਤੇ ਹੁੰਦੀ ਹੈ। ਜਿਹੜੀ ਮੁਹੱਲੇ 'ਚ ਪਲਾਟ ਤੋਂ ਹੀ ਲੜ ਕੇ ਮਰ ਜਾਵੇ ਕੋਈ ਬੰਦਾ, ਵਿਆਹ ਸ਼ਾਦੀਆਂ ਵਿੱਚ ਗੋਲੀਆਂ ਚੱਲ ਜਾਂਦੀਆਂ ਖਾਂਦਿਆਂ ਪੀਂਦਿਆਂ ਦੀਆਂ, ਉਹਨੂੰ ਸ਼ਹੀਦ ਥੋੜ੍ਹੀ ਆ ਸਕਦੀ। ਤੋ ਸਤ ਸੰਗਤ ਜੀ, ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਵਿੱਚ ਜੁੜ ਬੈਠੇ ਹਾਂ। ਪਹਿਲਾ ਸ਼ਬਦ ਰਾਹੀਂ ਮੈਂ ਆਪ ਜੀ ਦੇ ਹਾਜ਼ਰੀ ਲਗਵਾ ਰਿਹਾ। ਸਮਾਂ ਮੈਨੂੰ ਨਾ ਤਾਂ ਮੈਂ ਪੁੱਛਿਆ ਹੀ ਹੈ ਅਤੇ ਨਾ ਮੈਨੂੰ ਪਤਾ ਹੀ ਹੈ। ਹੁਣ ਜਿੰਨਾ ਕੁ ਚਿਰ ਤੁਸੀਂ ਟਿੱਕੇ ਬੈਠੇ ਰਹੋ, ਆਪਾਂ ਆਪ ਜੀ ਦੇ ਤੁਹਾਡੀ ਸੇਵਾ 'ਚ ਹਾਜ਼ਰ ਹੈ। ਆਪ ਜੀ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇਤ, ਜੋ ਲਰੈ ਦੀਨ ਕੇਤ, ਜੋ ਲਰੈ ਦੀਨ ਕਬੂ ਨਾ ਛਾ ਦੇਖੇ ਤਾ,
जपो जी वाह जी वाह कदों नशे गगन दमामा जियो गगन दमामा बाजियो बाजियो गगन दमामा बाजियो 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 गगन दमामा बाजियो गगन परे ओ निशाने काओ परे निशान काओ खेत चुमाड़ो सूरमा खेत चुमाड़ो सूर अब जूझन को दाओ अब जूझन को दाओ अब जूझन को दाओ सुरासु झोलर दीन के भेद झोलर दीन के भेद सुरासु पहचानिए सुरासु गम रे जर नि सदानि पमानि समान कबीर 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 ऐसी होए परी कबीर ऐसी होए परी ऐसी होए परी कबीर ऐसी नीनी ससा धंधा नीनी पापा धंधा मामा पापा घगा मामा ढेरे ससा नीनी ससा धंधा नीनी ससा कबीर ऐसी होए परी Thank you.
ਪਰੀ ਕਬੀਰ ਐਸੀ ਹੋਏ ਦਾ ਪਤਾ ਕਿੱਥੇ ਚੱਲਦਾ ਹੈ? ਜਿੱਥੇ ਸੂਰਮੇ ਦਾ ਸੂਰਮੇ ਨਾਲ ਟਕਰਾਅ ਹੋਵੇ। ਪਰ ਬਾਹਰ ਤਾਂ ਕਈ ਵਾਰੀ ਲੋਕ ਗੁਜ਼ਾਰਾ ਕਰਕੇ ਆ ਜਾਂਦੇ ਅਤੇ ਘਰ ਆਣ ਕੇ ਘਰਦਿਆਂ ਨੂੰ ਟਿਕਣ ਨਹੀਂ ਦਿੰਦੇ। ਬਜ਼ੁਰਗ ਮਾਂ ਨੂੰ ਕੁੱਟਦਾ, ਬਜ਼ੁਰਗ ਪਿਓ ਨੂੰ ਕੁੱਟਦਾ, ਆਪ ਤੋਂ ਛੋਟੇ ਕਿਸੇ ਨੂੰ ਕੁੱਟ ਸੁੱਟਿਆ, ਇਹ ਕੋਈ ਸੂਰਮ ਗਤੀ ਨਹੀਂ ਹੈ। ਸੂਰਮ ਗਤੀ ਉੱਥੇ ਹੀ ਹੈ ਜਿੱਥੇ ਆਹਮਣੋ ਸਾਹਮਣੇ ਦੋ ਸੂਰਮੇ। ਔਰ ਦੇਖੋ ਜਿਤਨੇ ਵੀ ਆਪਣੇ ਇਤਿਹਾਸ ਨੇ, ਹੁਣ ਕਿੰਨਾ ਚੰਗਾ ਉੱਦਮ ਉਪਰਾਲਾ ਹੋ ਰਿਹਾ, ਪਿਕਚਰਾਂ ਵੀ ਬਣ ਰਹੀਆਂ ਨੇ। ਜੋ ਅੱਜ ਦਾ ਯੁੱਗ ਹੈ, ਜਿਸ ਤਰੀਕੇ ਨਾਲ ਬੱਚੇ ਸਮਝ ਸਕਦੇ ਉਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ। ਮੈਂ ਛੋਟੇ ਸਾਹਿਬਜ਼ਾਦੇ ਪਿਕਚਰ ਦੇਖੀ, ਤੁਸੀਂ ਵੀ ਦੇਖਿਓ। ਉਹਦੇ ਵਿੱਚ ਇੱਕ ਥਾਂ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਸਾਹਮਣਾ ਹੁੰਦਾ ਹੈ ਮੁਗਲ ਬਾਦਸ਼ਾਹ ਦੇ ਨਾਲ। ਮੈਂ ਨਾਮ ਵਿਸਰ ਗਿਆ। ਚੜ੍ਹਾਈ ਕਰਕੇ ਆਣ ਕੇ ਉਹਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਲਕਾਰਿਆ ਵੀ ਤੁਸੀਂ ਵਾਰ ਕਰ ਲਓ। ਮਹਾਰਾਜ ਸਾਹਿਬ ਜੀ ਕਹਿੰਦੇ ਤੇਰੇ ਮਨ 'ਚ ਮੁੜ ਕੇ ਹਸਰਤ ਰਹਿ ਜਾਣੀ ਵੀ ਮੈਂ ਵੀ ਕਿਤੇ ਕਰ ਲੈਂਦਾ ਤਾਂ ਫਿਰ ਠੀਕ ਸੀ। ਪਾਤਸ਼ਾਹ ਜੀ ਨੇ ਉਸ ਨੂੰ ਆਖਿਆ ਨਹੀਂ ਤੂੰ ਆਪਣੇ ਵਾਰ ਪਹਿਲਾਂ ਕਰ ਲਾ, ਕਿਤੇ ਮਨ ਦੀ ਹਸਰਤ ਨਾਲ ਹੀ ਨਾ ਲੈ ਕੇ ਚਲੇ ਜਾਈ। ਪਿਕਚਰ ਦੇ ਵਿੱਚ ਤੁਸੀਂ ਵੇਖ ਲੈਣਾ ਘਰ ਜਾ ਕੇ, ਉਹਨੇ ਤਿੰਨ ਵਾਰ ਕੀਤੇ ਮਹਾਰਾਜ ਸਾਹਿਬ ਜੀ ਨੇ ਰੋਕੇ, ਇਤਿਹਾਸਿਕ ਪ੍ਰਮਾਣ। ਹੁਣ ਵਾਰ ਕਰਕੇ ਤੇ ਆਪਣੇ ਆਪ ਨੂੰ ਬੜਾ ਨਾਢੂ ਖਾਂ ਕਹਿੰਦਾ ਮੈਂ ਤਾਂ ਸਾਰਾ ਲੋਹੇ ਜੀ ਮੜਿਆ ਪਿਆ, ਮੇਰੇ ਕਿੱਥੇ ਤੀਰ ਮਾਰਦੇ ਗੇ? ਇਹਨਾਂ ਨੂੰ ਤਾਂ ਡੱਕਣ ਦੀ ਲੋੜ ਸੀ, ਇਹਨਾਂ ਨੇ ਡੱਕਣੇ ਸੀ। ਮੈਂ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਅਤੇ ਇੰਜ ਨਾਲ ਦੇ ਵੱਲ ਵੇਖ ਕੇ ਇਹ ਗੱਲ ਕਹਿਣ ਡਿਆ ਸੀ। ਇਤਿਹਾਸਕ ਪਿਕਚਰ ਬਣੀ ਹੈ, ਇਤਿਹਾਸਿਕ ਤੱਥਾਂ ਨੂੰ ਵਿਚਾਰ ਕੇ ਬਣੀ ਹੈ। ਮਹਾਰਾਜ ਸਾਹਿਬ ਜੀ ਨੇ ਇੱਕੋ ਹੀ ਤੀਰ ਮਾਰਿਆ ਇੱਧਰਲੇ ਕੰਨ 'ਚੋਂ ਦੂਜੇ ਬੰਨੇ ਕੱਢਤਾ। ਸੂਰਮ ਗੱਦੀ ਇਹਨੂੰ ਕਹਿੰਦੇ। ਤਾਂ ਸਾਧ ਸੰਗਤ ਜੀ, ਐਸੇ ਯੋਧਿਆਂ ਦੇ ਇਤਿਹਾਸ ਆਪ ਸਰਵਣ ਕਰ ਰਹੇ ਹੋ। ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਹੈ। ਮੈਂ ਇਸ ਪ੍ਰਬੰਧਕਾਂ ਦੇ ਨਾਲ ਸਾਰੇ ਹਿੰਦੁਸਤਾਨ ਦੇ ਵਿੱਚ ਚੱਕਰ ਲਾ ਕੇ ਆਇਆ। ਰਾਏਪੁਰ, ਇੰਦੌਰ, ਜੰਮੂ, ਕਾਨਪੁਰ ਮੈਨੂੰ ਚੇਤਾ। ਤੋ ਸਾਧ ਸੰਗਤ ਜੀ, ਹਰੇਕ ਜਗ੍ਹਾ ਬਹੁਤ ਉਤਸ਼ਾਹ ਭਈ ਸ਼ੁਕਰੀਆ ਸਾਡੇ ਜਿਸ ਚੀਜ਼ ਦੀ ਸਾਨੂੰ ਅੱਜ ਬਹੁਤ ਵੱਡੀ ਲੋੜ ਹੈ ਇਤਿਹਾਸ ਦੀ, ਉਹ ਯਤਨ ਸ਼ੁਰੂ ਹੋਏ ਨੇ। ਵੇਖੋ ਬੱਚਿਆਂ ਨੂੰ ਅੱਜ ਪਤਾ ਵੀ ਅਮਿਤਾਭ ਬੱਚਨ ਨੇ ਕਿੰਨੀਆਂ ਪਿਕਚਰਾਂ ਬਣਾਈਆਂ ਅਤੇ ਕੀ ਉਹਨੇ ਡਾਇਲੋਗ ਬੋਲੇ। ਸਚਿਨ ਤੇਂਦੁਲਕਰ ਨੇ ਕਿੰਨੀਆਂ ਸੈਂਚੁਰੀਆਂ ਬਣਾਈਆਂ, ਕਿੰਨੇ ਉਹਦੇ ਚੌਕੇ ਛਿੱਕੇ ਅਤੇ ਕਿਤਰਾਂ ਕਿਤਰਾਂ ਉਹਨੇ ਖੇਡਿਆ, ਕੀ ਕੀਤਾ, ਇਹ ਸਭ ਯਾਦ ਆ। ਕਿਉਂ ਯਾਦ ਆ? ਕਿਉਂਕਿ ਉਹਨਾਂ ਨੂੰ ਵਿਖਾਇਆ ਗਿਆ ਇਹ ਕੁਛ। ਪਰ ਹੁਣ ਅੱਜ ਜਿਹੜੇ ਪਿਛਲੇ ਮੇਰੇ ਖਿਆਲ 3 ਮਹੀਨੇ ਲੰਘੇ, ਪੂਰੇ 3 ਮਹੀਨਿਆਂ 'ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਇਤਿਹਾਸ
ਯਾਦ ਹੋ ਗਿਆ ਆਖੋ ਸਤਨਾਮ ਸ੍ਰੀ। ਅੱਜ ਬੱਚੇ ਵੀ ਗੱਲਾਂ ਕਰਦੇ ਨੇ ਕਿ ਪਾਪਾ ਇਹ ਕੁਛ ਹੋਇਆ ਸੀ, ਛੋਟੇ ਛੋਟੇ ਬੱਚੇ। ਤੋ ਇਸ ਯਤਨ ਵਿੱਚ ਤੁਸੀਂ ਸ਼ਰੀਕ ਹੋ, ਤੁਸੀਂ ਵੀ ਇਹਦੇ ਵਿੱਚ ਯੋਗਦਾਨ ਪਾ ਰਹੇ ਹੋ, ਹੋਰ ਵੱਧ ਚੜ੍ਹ ਕੇ ਯੋਗਦਾਨ ਪਾਓ। ਜਿੱਥੇ ਇਹ ਦਿਨ ਦਿਹਾੜੇ ਮਨਾਏ ਜਾ ਰਹੇ ਉੱਥੇ ਪਹੁੰਚ ਕੇ, ਜਿੱਥੇ ਆਪ ਲਾਹਾਂ ਲਓਗੇ ਉੱਥੇ ਚੰਗਾ ਬੀਜ ਬੀਜੋਗੇ ਅਤੇ ਚੰਗਾ ਹੀ ਫਲ ਵੱਢੋਗੇ ਨਾ। ਚੰਗੀ ਥਾਂ 'ਤੇ ਬੱਚੇ ਨੂੰ ਆਪਾਂ ਲੈ ਕੇ ਜਾ, ਵੇਖੋ ਸਿਨੇਮਾ ਹਾਲ 'ਚ ਵੀ ਬੱਚੇ ਨੂੰ ਮਾਂ ਬਾਪ ਹੀ ਖੜਦਾ, ਛੋਟੇ ਹੁੰਦਿਆਂ ਤੋਂ ਕਾਰ 'ਚ ਭਾ ਕੇ ਖੜਦਾ, ਉਹਨੂੰ ਬਰਗਰ ਪੀਜੇ ਖਵਾਉਂਦਾ, ਕਹਿੰਦਾ ਜੀ ਅੱਜ ਫਨ ਕਰ ਰਹੇ ਹਾਂ, ਅੱਜ ਜੀ ਮੌਜਾਂ ਕਰ ਰਹੇ, ਛੁੱਟੀ ਦਾ ਦਿਨ ਮਨਾ ਲਿਆ। ਅਤੇ ਭਾਈ ਇਹ ਜਿਹੜਾ ਇੱਕ ਦਿਨ ਤੁਹਾਡੇ ਵਿੱਚ ਐਸਾ ਹੁਣ ਆਇਆ ਹੈ ਸ਼ਤਾਬਦੀ ਦਾ, ਉਹ ਬੀਜ ਦਾ ਤੁਹਾਨੂੰ ਪਤਾ ਹੀ ਹੈ ਕੀ ਰਿਜ਼ਲਟ ਨਿਕਲਦਾ, ਮੈਨੂੰ ਤਾਂ ਵਿਆਖਿਆ ਕਰਨ ਦੀ ਲੋੜ ਨਹੀਂ। ਪਰ ਇਹ ਬੀਜ ਬੀਜ ਕੇ ਵੇਖਿਓ, ਤੁਹਾਨੂੰ ਰਿਜ਼ਲਟ ਬੜਾ ਚੰਗਾ ਮਿਲੂਗਾ। ਜਪਜੀ ਸਾਹਿਬ ਜੀ ਦਾ ਪਾਠ ਹੈ ਆਪੇ ਬੀਜ ਆਪੇ, ਆਪਣਾ ਚੰਗਾ ਬੀਜ ਬੀਜ ਕੇ ਜਾਵਾਂਗੇ ਅਤੇ ਚੰਗਾ ਹੀ ਵੱਢਾਂਗੇ। ਜੋ ਅੱਜ ਆਪਣੇ ਬੱਚਿਆਂ ਨੂੰ ਆਪਾਂ ਦਿਖਾ ਜਾਂਗੇ ਉਹਦਾ ਫਲ ਚੰਗਾ ਹੀ ਹੋਊਗਾ ਆਉਣ ਵਾਲੇ ਸਮੇਂ 'ਤੇ। ਆਓ ਹੁਣ ਅਗਲਾ ਸ਼ਬਦ, ਜਿਸ ਤਰ੍ਹਾਂ ਤੁਸੀਂ ਇਸ ਸ਼ਬਦ ਨੂੰ ਬੜੇ ਰੂਹ ਨਾਲ ਗਾਇਆ ਨਾ, ਸਾਡੇ ਹੌਸਲਾ ਵੱਧ ਗਿਆ ਜਦੋਂ ਤੁਸੀਂ ਸਾਰੇ ਬੋਲੇ ਹੋ ਨਾਲ। ਹੁਣ ਮੈਂ ਅਗਲਾ ਸ਼ਬਦ ਜਿਹੜਾ ਪੜ੍ਹਨ ਲੱਗਾ ਉਹ ਸ਼ਬਦ ਤੁਹਾਨੂੰ ਯਾਦ ਹੋਏਗਾ। ਉਹ ਕੀ ਹੈ ਜੀ? ਪਹਿਲਾਂ ਮਰਨ ਕਬੂਲ, ਸੂਰਮੇ ਦੀ ਸੂਰਮ ਗਤੀ। ਪਹਿਲਾਂ ਮਰਨ ਕਬੂਲ, ਅਤੇ ਇੱਕ ਕੰਮ ਹੋਰ ਨਾਲ ਕਰਨੀ ਆ ਵੀ ਕਬੂਲ ਕੇ ਵੀ ਕਿਤੇ ਆਸ ਨਹੀਂ ਰੱਖਣੀ ਵੀ ਜੀਂਦੇ ਵੀ ਬਚਣਾ ਆਪਾਂ ਨਾ। ਜੀਵਨ ਕੀ ਉਹ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਇਹ ਸ਼ਬਦ ਆਪ ਨੂੰ ਯਾਦ ਹੈ, ਆਪ ਜੀ ਨੇ ਨਾਲ ਗਾਉਣ ਦੀ ਕਿਰਪਾਲਤਾ ਕਰਨੀ। ਅੱਖ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ। ਸਾਰੇ ਜਪੋ ਜੀ, ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ, ਵਾਹ ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ, ਛੱਡ ਆਸ। ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ। ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਆਓ ਹਮਾਰੇ ਪਾਸ, ਆਓ ਹਮਾਰੇ ਪਾਸ, ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ। ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ। Thank you.
ਜੋ ਤੋਂ ਪ੍ਰੇਮ ਖਿਲਨ ਕਾਚਾ ਸਿਰ ਤਰ ਤਲੀ ਗਲੀ ਮੇਰੀ ਆਓ ਜੋ ਤੋਂ ਪ੍ਰੇਮ ਖਿਲਨ ਕਾਚਾ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਕੀ 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 ਜੈ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਜੀਵਨ ਕੀ ਛੱਡ ਆਸ ਜੀਵਨ ਕੀ ਛੱਡ ਆਸ ਜੀਵਨ ਕੀ ਛੱਡ ਆਸ ਜੀਵਨ ਛੱਡ ਆਸ ਜੀਵਨ ਕੀ ਛੱਡ ਆਸ ਜੀਵਨ ਕੀ ਛੱਡ ਆਸ ਜੀਵਨ ਕੀ ਛੱਡ ਆਸ ਪਹਿਲਾ ਮਰਨ ਕਬੂਲ 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 ਇਹ ਨਿਰੀ ਬਾਣੀ ਲਿਖੀ ਨਹੀਂ ਹੈ ਇਸ ਬਾਣੀ ਨੂੰ ਸਿੱਖਾਂ ਨੇ ਜੀਵਿਆ ਜਿਵੇਂ ਹੁਣੇ ਹੁਣੇ ਇਤਿਹਾਸ ਵੀਰ ਜੀ ਥੋੜ੍ਹੀ ਜਿਹੀ ਆਵਾਜ਼ ਪਾ ਜਿਵੇਂ ਹੁਣੇ ਹੁਣੇ ਇਤਿਹਾਸ ਦੇ ਪੰਨੇ ਆਪ ਜੀ ਦੇ ਸਨਮੁੱਖ ਰੱਖ ਰਹੇ ਸਨ ਵੀ ਛੋਟੇ ਬੱਚੇ ਦੀ ਮਾਂ ਨੇ ਆਣ ਕੇ ਆਖਿਆ ਬਈ ਇਹ ਮੇਰਾ ਪੁੱਤਰ ਵਰਗਲਾ ਕੇ ਬਸ ਭੈਣ ਜੀ ਥੋੜ੍ਹਾ ਚਿਰ ਹੋਰ ਦੇ ਦਿਓ 11 ਵਜੇ ਸਮਾਪਤੀ ਜੇ ਹਾਂਜੀ ਮੈਨੂੰ ਪਤਾ ਸਾਨੂੰ ਇਹ ਹੱਕ ਤਾਂ ਨਹੀਂ ਕਹਿਣ ਦਾ ਕਿਉਂਕਿ ਅਸੀਂ ਤਾਂ ਹੁਣੇ ਆਏ ਹਾਂ ਤੁਸੀਂ ਤਾਂ ਬਹੁਤ ਚਿਰ ਦੇ ਬੈਠੇ ਹੋ ਪਰ ਫਿਰ ਵੀ ਜੇ 10 ਕੁ ਮਿੰਟ ਸਰੀਰ ਇਜਾਜ਼ਤ ਦੇਵੇ ਵੈਸੇ ਬੰਦਿਸ਼ ਨਹੀਂ ਵੀ ਉਹ ਨਾ ਹੋਵੇ ਮੈਂ ਕਹਿਤਾ ਤੁਸੀਂ ਕਹੋ ਵੀ ਹੁਣ ਤਾਂ ਬਹਿਣਾ ਹੀ ਪੈਣਾ ਸਰੀਰ ਮੰਨਦਾ ਨਾ ਹੋਵੇ ਧਿਆਨ ਬਾਹਰ ਚਲ ਜਾਵੇ ਉਹਦਾ ਵੀ ਬਹੁਤਾ ਲਾਭ ਨਹੀਂ ਜੇ ਸਰੀਰ ਮੰਨਦਾ ਹੈ ਕੋਈ ਸਰੀਰਕ ਮੁਸ਼ਕਲ ਨਹੀਂ ਹੈ ਫਿਰ ਜ਼ਰੂਰ ਬੈਠਿਓ 10 ਮਿੰਟ 11 ਵਜੇ ਪੂਰੇ ਸਮਾਪਤੀ ਆਪਾਂ ਕਰ ਦੇਣੀ ਆਖੋ ਸਤਨਾਮ ਸ੍ਰੀ ਮੈਂ ਇਹ ਬੇਨਤੀ ਕਰ ਰਿਹਾ ਸਾਂ ਵੀ ਬਾਣੀ 'ਚ ਜੇ ਲਿਖਿਆ ਨਾ ਵੀ ਪਹਿਲਾਂ ਮਰਨ ਕਬੂਲ ਅਤੇ ਸਾਡੇ ਇਤਿਹਾਸ ਦੇ ਪੰਨਿਆਂ 'ਤੇ ਇਹ ਚੀਜ਼ ਉਂਝ ਉੱਕਰੀ ਪਈ ਹੈ ਵੀ ਵਾਕਿਆ ਹੀ ਕਬੂਲ ਕੀਤਾ ਹੈ ਅੱਜ ਸਵੇਰ ਦੀ ਕਥਾ ਵਿੱਚ ਬਾਬਾ ਬੰਤਾ ਸਿੰਘ ਜੀ ਜੋ ਮੇਰੇ ਤੋਂ ਪਹਿਲਾਂ ਕਥਾ ਸੁਣਾ ਕੇ ਗਏ ਨੇ ਉਹ ਦੱਸ ਰਹੇ ਸਨ ਅਸੀਂ ਸਵੇਰੇ ਪੰਜਾਬੋਂ ਆਉਣਾ ਸੀ ਨਾ ਅਤੇ ਕਥਾ ਸੁਣ ਕੇ ਹੀ ਤੁਰੇ ਸਨ ਉਹ ਦੱਸ ਰਹੇ ਸਨ ਭਈ ਇੱਕ ਸਿੱਖ ਦੀ ਮਾਂ ਨੇ ਬੱਚੇ ਦੀ ਮਾਂ ਨੇ ਜਾਂ ਕਿ ਫਰਕਸ਼ੀਅਰ ਦੇ ਕੋਲ ਤਰਲਾ ਪਾਇਆ ਵੀ ਮੇਰਾ ਪੁੱਤਰ ਤਾਂ ਛੋਟਾ ਇਹਨੂੰ ਵਰਗਲਾ ਲਿਆ ਹੈ ਸਿੱਖਾਂ ਨੇ ਅਸੀਂ ਤਾਂ ਜੀ ਹਿੰਦੂ ਹਾਂ ਅਸੀਂ ਤਾਂ ਜੀ ਮਹਾਂਦੇਵ ਦੇ ਪੁਜਾਰੀ ਹਾਂ ਅਤੇ ਸਾਡਾ ਤਾਂ ਜੀ ਕੋਈ ਇਲਾਕਾ ਦੇਕਾ ਹੀ ਨਹੀਂ ਹੈ ਅਤੇ ਉਸ ਨੂੰ ਸ਼ਹੀਦਾਂ ਦੀ ਲਾਈਨ ਵਿੱਚੋਂ ਕੱਢ ਕੇ ਪਾਸੇ ਕਰ ਦਿੱਤਾ ਸੀ ਇਸ ਸਵੇਰ ਦੀ ਕਥਾ ਵਿੱਚ ਮੈਂ ਸੁਣਿਆ ਪਰ ਜਦੋਂ ਉਸ ਬੱਚੇ ਨੂੰ ਇਹਦਾ ਕਾਰਨ ਪਤਾ ਲੱਗਾ ਨਾ ਵੀ ਮੈਨੂੰ ਐਸ ਕਰਕੇ ਪਾਸੇ ਕੀਤਾ ਗਿਆ ਵਾ ਕਿ ਮੈਂ ਜੀ ਸਿੱਖਾਂ ਦਾ ਬੱਚਾ ਹੀ ਨਹੀਂ ਹੈ ਮੁੰਡਾ ਹੀ ਨਹੀਂ ਹੈ ਉਸੇ ਵਕਤ ਉਸ ਬੱਚੇ ਨੇ ਆਖਿਆ ਵੀ ਨਹੀਂ ਨਹੀਂ ਜੀ ਇਹ ਤਾਂ ਮੇਰੀ ਮਾਂ ਹੀ ਨਹੀਂ ਹੈ ਇਹਨੂੰ ਕਹਿੰਦੇ ਜੇ ਪਹਿਲਾਂ ਮਰਨ ਔਰ ਇਹ ਗੁਰੂ ਦੀ ਕਿਰਪਾ ਨਾਲ ਸਿੱਖ ਧਰਮ ਦੇ ਹਿੱਸੇ ਆਈ ਗੱਲ ਇੱਕ ਦੀ ਨਹੀਂ ਜਿਵੇਂ ਭਾਈ ਸਾਹਿਬ ਸਾਡੇ ਸਤਿਕਾਰਯੋਗ ਸਕੱਤਰ ਸਾਹਿਬ ਰਾਣਾ ਜੀ ਦੱਸਦੇ ਪਏ ਸਨ ਵੀ 750 ਦੇ ਆਸ ਪਾਸ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਅਤੇ ਇੱਕ ਵੀ ਪਿੱਛੇ ਨਹੀਂ ਮੁੜ ਕੇ ਗਿਆ ਇਹਨੂੰ ਕਹਿੰਦੇ ਜੇ ਪਹਿਲਾਂ ਮਰਨ ਨਹੀਂ ਤਾਂ
ਬਹੁਤ ਸਾਰੇ ਲੋਕ ਕਿਸੇ ਨੂੰ ਅੱਗੇ ਕਰਕੇ ਕਹਿੰਦੇ ਚੱਲ ਇਹਦਾ ਤਾਂ ਭੋਗ ਪਾਓ, ਹਾਂ ਆਪਾਂ ਮਗਰੋਂ ਰਾਜ ਕਰਾਂਗੇ, ਲੋਕਾਂ ਦੇ ਬੱਚੇ ਮਰਵਾ ਦਿਓ, ਲੋਕਾਂ ਨੂੰ ਅੱਗੇ ਕਰ ਦਿਓ। ਗੁਰੂ ਅਰਜਨ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸ਼ਹੀਦੀ ਆਪ ਪਾ ਕੇ ਸਾਨੂੰ ਦੱਸੀ ਹੈ ਵੀ ਸਿੱਖੋ ਇਸ ਤਰ੍ਹਾਂ ਸ਼ਹੀਦੀ ਤੁਸੀਂ ਪਾਉਣੀ ਹੈ। ਕੋਈ ਇਸ ਤਰ੍ਹਾਂ ਦਾ ਨਹੀਂ, ਕੋਈ ਨਹੀਂ ਲੱਭੇਗਾ। ਸਾਡੇ ਗੁਰੂਆਂ ਨੇ ਜਿਸ ਤਰ੍ਹਾਂ ਟ੍ਰੇਨ ਜਿਹੜੀ ਹੈ ਨਾ, ਟ੍ਰੇਨ ਭਾਵੇਂ ਡੱਬਿਆਂ ਦੀ ਕਿੰਨੀ ਮਰਜ਼ੀ ਮਹਾਨਤਾ ਹੈ ਕਿ ਡੱਬਿਆਂ ਤੋਂ ਬਿਨਾਂ ਟ੍ਰੇਨ ਨਹੀਂ ਖਵਾ ਸਕਦੀ, ਪਰ ਨਹੀਂ ਨਹੀਂ ਇੰਜਣ ਤੋਂ ਬਿਨਾਂ ਟ੍ਰੇਨ ਕਿਸੇ ਵੀ ਕੰਮ ਦੀ ਨਹੀਂ। ਜਿੰਨੇ ਮਰਜ਼ੀ ਏਸੀ ਕੋਚ ਬਣੇ ਰਹਿਣ, ਖਲੋਤੇ ਰਹਿਣਗੇ, ਕੀ ਫਾਇਦਾ। ਗੁਰੂ ਸਾਹਿਬ ਜੀ ਨੇ ਸ਼ਹੀਦੀ ਦੇ ਕੇ ਇੱਕ ਇੰਜਣ ਦਾ ਕੰਮ ਕੀਤਾ, ਅੱਗੇ ਲੱਗ ਕੇ ਮੋਢੀ ਬਣ ਕੇ ਸਿੱਖਾਂ ਨੂੰ ਸ਼ਹੀਦੀਆਂ ਪਾਉਣ ਦਾ ਵੱਲ ਦੱਸਿਆ, ਔਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ। ਤੋ ਮੈਂ ਹੁਣ ਸਮਾਪਤੀ ਕਰਨੀ ਹੈ, ਇਸ ਕਰਕੇ ਮੈਂ ਇੱਕੋ ਸ਼ਬਦ ਹੋਰ ਪੜ੍ਹਨ ਲੱਗਾ, ਉਹ ਵੀ ਮੈਨੂੰ ਉਮੀਦ ਆ ਵੀ ਤੁਹਾਨੂੰ ਆਉਂਦਾ ਹੋਏਗਾ। ਅਤੇ ਔਰ ਮੈਂ ਜਦੋਂ ਦਾ ਵੀ ਨਾ ਇੱਥੇ ਆਇਆ, ਮੈਨੂੰ ਇੱਕ ਚੀਜ਼ ਦੀ ਕਮੀ ਲੱਗੀ ਹੈ, ਉਹ ਪਤਾ ਜੇ ਕਿਹੜੀ ਹੈ। ਐਂ ਤਾਂ ਨਹੀਂ ਵੀ ਮੈਂ ਕੋਈ ਬਹੁਤਾ ਗਿਆਨੀ ਹਾਂ, ਮੈਂ ਕਿਸੇ ਦੀ ਕਮੀ ਕੱਢ ਸਕਦਾ, ਮੈਂ ਕੱਢ ਨਹੀਂ ਸਕਦਾ, ਪਰ ਮੈਨੂੰ ਲੱਗੀ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਉਹ ਇਹ ਲੱਗੀ ਆ ਵੀ ਜਦੋਂ ਸ਼ਹੀਦਾਂ ਦਾ ਕੋਈ ਇਤਿਹਾਸ ਚੱਲਦਾ ਹੋਵੇ ਤਾਂ ਇੱਕ ਵੀ ਸਿੱਖ ਜਕਾਰਾ ਨਾ ਛੱਡਿਆ, ਇੰਨੇ ਇੰਨੇ ਵਧੀਆ ਭਾਈ ਸਾਹਿਬ ਬਣਾ ਪ੍ਰਮਾਣ ਦਿੱਤੇ ਸੀ। ਸਾਨੂੰ ਚਾਹੀਦਾ ਜਕਾਰਿਆਂ ਦੀ ਗੂੰਜ ਨਾਲ ਗੁਰਦੁਆਰਾ ਗੂੰਜਣਾ ਚਾਹੀਦਾ, ਤਾਂ ਸਾਡੇ ਬੱਚਿਆਂ ਵਿੱਚੋਂ ਜਿਹੜਾ ਖੂਨ ਜੰਮੀ ਜਾਂਦਾ ਨਾ, ਜੰਮੀ ਜਾਂਦਾ, ਉਹ ਪੱਗਰਨਾ। ਤੋ ਅਸੀਂ ਹੁਣ ਸ਼ਬਦ ਹੀ ਉਹ ਪੜ੍ਹਨ ਲੱਗੇ ਜਿਹਦੇ ਵਿੱਚ ਤੁਸੀਂ ਜਕਾਰੇ ਬੜੇ ਛੱਡਦੇ ਹੁੰਦੇ ਹੋ ਅਤੇ ਜਵਾਬ ਦਿੰਦੇ ਹੋ, ਦੇਹ ਸੇਵਾ ਬਰ ਸ਼ੁਭ ਕਰਮਨ ਅਤੇ ਇਹ ਪੂਰੇ 11 ਵਜੇ ਆਪਾਂ ਨਾਲ ਸਮਾਪਤੀ ਕਰਨੀ ਹੈ ਅਤੇ ਮੈਂ ਸ਼ਬਦ ਇਹ ਪੜ੍ਹ ਲੱਗਾ। ਹੁਣ ਜਿਸ ਤਰ੍ਹਾਂ ਤੁਸੀਂ ਨਾਮ ਜਪਿਆ ਸੀ ਨਾ ਸਾਰਿਆਂ ਨੇ, ਕੋਈ ਰਸਨਾ ਖਾਲੀ ਨਹੀਂ ਸੀ, ਇਸ ਤਰ੍ਹਾਂ ਹੁਣ ਜਕਾਰੇ ਦਾ ਜਵਾਬ ਅਤੇ ਸ਼ਬਦ ਦਾ ਜਵਾਬ ਤੁਸੀਂ ਦੇਣਾ ਜੇ, ਅਤੇ ਫਿਰ ਆਪਾਂ ਇਹ ਸ਼ਹੀਦੀ ਸਮਾਗਮ ਜਿਹੜਾ ਹੈ ਉਹਨੂੰ ਸਮਾਪਤ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਹ ਸ਼ਿਵਾ ਬਰ ਮੋਹ ਇਹ ਸ਼ੁਭ ਕਰ ਮਨ ਤੇ ਕਬਹੂ ਨਾ ਡਰੂ ਨਾ ਡਰੂ ਅਰ ਸੋ ਜਬ ਜਾਇ ਲਰੂ ਨਿਸਚੈ ਕਰ ਆਪਣੀ ਜੀਤ ਕਰੋ ਨਿਸਚੈ ਕਰ ਆਪਣੀ ਜੀਤ ਕਰੋ ਬੋਲੇ ਪਰ ਮੋਹਿਤ ਹੈ ਸ਼ੁਭ ਕਰ ਮਨ ਤੇ ਕਬੂ ਨਾ ਡਰੂ ਨਾ ਡਰੂ ਅਰ ਸੋ ਜਬ ਜਾਇ ਲਰੂ ਨਿਸਚੈ ਕਰ ਆਪਣੀ ਜੀਤ ਕਰੋ ਨਿਸਚੈ ਕਰ ਆਪਣੀ ਜੀਤ ਕਰੋ ਜਬ ਆਵ ਕੀ ਔਰ ਨਿਦਾਨ ਬਣੇ ਅਤਿ ਹਿਰਣ ਮੈਂ ਤਬ ਜੂਝ ਮਰੋ ਅਤਿ ਹਿਰਣ ਮੈਂ ਤਬ ਜੂਝ ਮਰੋ ਜਕਾਰੇ ਦੀ ਸਤਿ ਸ੍ਰੀ ਅਕਾਲ। ਚਲੋ ਤਿੰਨ ਹੋ ਗਏ, ਹੁਣ ਪੰਜ ਪੂਰੇ ਕਰ ਹੀ ਲਿਓ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸਤਿ ਸੰਗਤ ਜੀ,
ਇਹ ਜਕਾਰੇ ਦੀ ਇੰਨੀ ਵੱਡੀ ਮਹਾਨਤਾ ਹੈ, ਮੁਰਦਿਆਂ 'ਚ ਜਾਨ ਪਾ ਦਿੰਦਾ ਜੀ। ਜਦੋਂ ਆਪਣੀ ਆਰਮੀ ਦੀ ਲੜਾਈ ਲੱਗੀ ਸੀ ਨਾ ਕਾਰਗਿਲ ਦੀ, ਉਦੋਂ ਫਿਰ ਉਹਨਾਂ ਨੇ 2 ਬਟਾਲੀਅਨ ਆਪਣੀਆਂ ਲਾਈਆਂ ਸੀ ਉੱਥੇ, 8 ਸਿੱਖ ਅਤੇ 20 ਪੰਜਾਬ। ਅਤੇ ਜਿਹੜੇ 20 ਪੰਜਾਬ ਅਤੇ 8 ਸਿੱਖ ਦੀ ਫੌਜ ਸੀ ਨਾ, ਉਹਨਾਂ ਨੂੰ ਪਤਾ ਸੀ ਵੀ ਅਸੀਂ ਜਿੱਥੇ ਖੜ੍ਹੇ ਹਾਂ ਨਾ, ਇੱਥੋਂ ਉੱਤੋਂ ਪੱਥਰ ਵੀ ਸੁੱਟੀ ਜਾਣ ਅਤੇ ਉਹ ਗੋਲੀਆਂ ਨਾਲ ਵੱਧ ਕੰਮ ਕਰਨਗੇ। ਪਰ ਉੱਥੇ ਇੱਕੋ ਚੀਜ਼ ਨੇ ਉਹਨਾਂ ਦਾ ਹੌਂਸਲਾ ਬੰਨਿਆ ਸੀ, ਜਦੋਂ ਉਹਨਾਂ ਨੇ ਪਹਿਲੀ ਸੱਟੇ ਜਾਂਦਿਆਂ ਜਕਾਰਾ ਛੱਡਿਆ ਨਾ ਜੀ, ਬਲੇ ਸਾਨਿਹਾਲ। ਉਹ ਜਦੋਂ ਤੁਹਾਡੀ ਇੰਨੀ ਆਵਾਜ਼ ਜਿਤਨਾ ਤੁਸੀਂ ਭਰ ਕੇ ਮਗਰੋਂ ਬੋਲੇ ਹੋ ਨਾ, ਅਤੇ ਉੱਥੇ ਜਿਹੜੀ ਪਾਕਿਸਤਾਨ ਦੀਆਂ ਏਜੰਸੀਆਂ ਸੀ ਉਹਨਾਂ ਨੂੰ ਵਕਤ ਪੈ ਗਿਆ ਵੀ ਅਸੀਂ ਤਾਂ ਸੋਚਿਆ ਸੀ ਥੋੜ੍ਹੀ ਜਿਹੀ ਫੌਜ ਆਈ ਹੈ, ਇਹ ਤਾਂ ਫੌਜ ਹੀ ਬੜੀ ਆ ਗਈ ਹੈ, ਕਿਉਂਕਿ ਪਹਾੜਾਂ ਦੇ ਵਿੱਚ ਜਕਾਰੇ ਦੀ ਆਵਾਜ਼ ਗੂੰਜੀ। ਅਤੇ ਅਗਲੇ ਅੱਧਾ ਜੰਗ ਉਦੋਂ ਹੀ ਹਾਰ ਗਏ ਸੀ, ਇੰਨੀ ਬਖਸ਼ਿਸ਼ ਹੈ ਜਕਾਰੇ ਦੇ ਵਿੱਚ। ਤਾਂ ਮੈਂ ਤੁਹਾਨੂੰ ਬੇਨਤੀ ਕੀਤੀ ਵੀ ਮੈਨੂੰ ਕਮੀ ਲੱਗੀ ਆ ਵੀ ਜਦੋਂ ਸ਼ਹੀਦਾਂ ਦਾ ਕੋਈ ਸਮਾਗਮ ਹੋ ਰਿਹਾ ਵੀ ਉੱਥੇ ਜਕਾਰਿਆਂ ਦੀਆਂ ਗੂੰਜਾਂ ਪੈਣੀਆਂ ਚਾਹੀਦੀਆਂ। ਜਿਸ ਤਰ੍ਹਾਂ ਫਤਿਹ ਦਿਵਸ ਮਨਾਇਆ ਸੀ ਨਾ, ਅਤੇ ਫਤਿਹ ਦਿਵਸ ਵਿੱਚ ਕਿੱਦਾਂ ਜਕਾਰੇ ਛੱਡਦੀਆਂ ਸੀ ਸੰਗਤਾਂ, ਉਹ ਜੋਸ਼ ਫਿਰ ਬੱਚਿਆਂ ਵਿੱਚ ਅੱਗੇ ਪ੍ਰਵਿਰਤ ਹੋ ਜਾਂਦਾ। ਕਦੇ ਵੀ ਉਸ ਜੋਸ਼ ਨੂੰ ਮੱਠਾ ਨਹੀਂ ਪੈਣ ਦੇਣਾ ਚਾਹੀਦਾ। ਆਓ ਹੁਣ ਸਮਾਂ ਹੋ ਗਿਆ, ਵਾਹਿਗੁਰੂ ਮਿਹਰ ਕਰੇ ਅੱਗੋਂ ਜਿਵੇਂ ਜਿਵੇਂ ਵੀ ਸਮਾਗਮਾਂ ਦੀ ਲੜੀ ਚੱਲੇਗੀ ਉਹਦੇ ਵਿੱਚ ਆਪਾਂ ਭਾਗ ਲੈਣੇ ਹਨ। ਕੋਈ ਵੀ ਰਸਨਾ ਠੀਕ ਕਰ ਲੱਗੇ ਜੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਰਦਾਸ ਹੁਣ ਸੁਣ ਕੇ ਹੀ ਜਾਇਓ ਜੀ, 2-4 ਮਿੰਟ ਪਹਿਲੀ ਪਲੀਜ਼ ਅਰਦਾਸ ਹੋਣ ਲੱਗੀ, ਮੈਂ ਆਨੰਦ ਸਾਹਿਬ ਪੜ੍ਹਨ ਲੱਗਾ। ਕੋਈ ਵੀ ਐਸੀ ਰਸਨਾ ਹੁਣ ਵਾਂਝੀ ਨਾ ਰਹੇ ਜਿਹੜੀ ਆਨੰਦ ਸਾਹਿਬ ਵਿੱਚ ਨਾਲ ਨਾ ਬੋਲੇ ਅਤੇ ਅਰਦਾਸ ਸੁਣ ਕੇ ਨਾ ਜਾਵੇ। ਤੁਸੀਂ ਬੜਾ ਹੀ ਚੰਗਾ ਕੰਮ ਕੀਤਾ ਵੀ ਜਿਹੜੀ ਗੁਰਦੁਆਰੇ 'ਤੇ ਰੌਣਕ ਬਹੁਤ ਸੋਹਣੀ ਬਣਾ ਕੇ ਰੱਖੀ ਹੈ। ਅਰਦਾਸ ਦੇ ਹੁਕਮਨਾਮੇ ਵਿੱਚ ਤੁਸੀਂ ਹਾਜ਼ਰੀ ਲਗਵਾਉਣੀ ਹੈ। ਆਓ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੋ। ਰਾਮ ਕਲੀ ਮਹੱਲਾ ਕੀ ਜਾਇ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੀ ਮਾਇ, ਸਤਿਗੁਰ ਨੇ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਇਆ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣਿਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਦਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਾ ਤੂੰ ਸਦਾ ਰਮੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਕੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਣੇ, ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਇਆ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਇਆ, ਸਦਾ ਕੁਰਬਾਨ ਕੀਤਾ ਗੁਰ ਤੋਂ ਦਿਸਦੀ ਆਏ ਵਡਿਆਇਆ, ਕਹੇ ਨਾਨਕ ਸੁਣ ਹੋ ਸੰਤੋ ਸਭ ਤਰੋ ਪਿਆਰੋ, ਸੱਚਾ ਨਾਮ ਪੰਚ ਸ਼ਬਦ ਤਤ ਕਰਸ ਪਾਗੇ, ਕਰਸ ਪਾਗੇ ਸ਼ਬਦ ਵਾਜੇ ਤਲਾ ਜਿਤ ਕਰ ਤਾਰਿਆ, ਤੂਤ ਕਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਤੇ ਲਾਗੇ, ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ,
ਨਿਰੰਤਰ ਮਾਇਆ ਜੀ ਉਤਰੇ ਸਗਲੋ ਸੂਰੇ ਕੋ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਦੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਆਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਤੇ ਧਰਮ ਹਦੂਰ ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਜਿੰਨੀ ਨਾਮ ਧਿਆਇਆ ਗੈਮ ਸੰਤ ਕਾਲ ਵਾਹਿਗੁਰੂ ਜਿੰਨੀ ਨਾਮ ਤੇ ਆਇਆ ਗੈਮ ਸੰਤ ਕਾਲ ਕੀਤੀ ਛੁੱਟੀ ਨਾਲ ਜਿੰਨੀ ਨਾਮ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।